पुलिस कांस्टेबल रिक्रूटमेंट 2021 6,435 वैकेंसीज आर ओपन 6,435 वैकेंसीज ने जी ਤੁਸੀਂ ਇਹਦੇ ਲਈ ਦਬ ਕੇ ਤਿਆਰੀ ਕਰੋ ਤੇ ਮੈਂ ਇਹਨਾਂ ਦੀ ਡਿਟੇਲਸ ਦਿੰਦਾ ਤੁਹਾਨੂੰ ਪੰਜਾਬ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੱਢਿਆ ਮੇਲ ਤੇ ਫੀਮੇਲ ਕਾਂਸਟੇਬਲ ਚਾਹੀਦੇ ਨੇ ਐਪਲੀਕੇਸ਼ਨ ਫਾਰਮ ਹੈ ਇਹ ਆਨਲਾਈਨ ਅਪਲਾਈ ਹੋਏਗਾ ਤੇ ਗਵਰਨਮੈਂਟ ਇਹਦੇ ਲਈ ਜਿਹੜੀਆਂ ਡੇਟ ਓਪਨ ਅਪ ਕਰੇਗੀ ਤੋ ਐਪਲੀਕੇਸ਼ਨ ਜਦੋਂ ਅਸੀਂ ਆਨਲਾਈਨ ਡਿਟੇਲਸ ਤੋਂ ਸਾਨੂੰ ਆਈਡੀਆ ਹੋਏਗਾ ਕਿ ਐਪਲੀਕੇਸ਼ਨ ਪ੍ਰੋਸੀਜਰ ਕੀ ਹੈ ਇੰਪੋਰਟੈਂਟ ਡੇਟਸ ਐਪਲੀਕੇਸ਼ਨ ਫੀ ਏਜ ਲਿਮਿਟ ਕੁਆਲੀਫਿਕੇਸ਼ਨ ਨੰਬਰ ਆਫ ਵੈਕੈਂਸੀਜ਼ ਪੇ ਸਕੇਲ ਤੇ ਬਾਕੀ ਦੇ ਇੰਪੋਰਟੈਂਟ ਲਿੰਕਸ ਵੀ ਅਸੀਂ ਤੁਹਾਨੂੰ ਟਾਈਮ ਟਾਈਮ ਤੇ ਦਿੰਦੇ ਰਹਾਂਗੇ ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਸਿੱਧੀ ਜਿਹੜੀ ਪੰਜਾਬ ਪੁਲਿਸ ਦੀ ਵੈਬਸਾਈਟ ਹੈ ਪਲੀਜ਼ ਉਹਨੂੰ ਤੁਸੀਂ ਵਿਜ਼ਿਟ ਕਰੋ ਤੇ ਅਸੀਂ ਤੁਹਾਨੂੰ ਐਟ ਦਾ ਸੇਮ ਟਾਈਮ ਇਨਫੋਰਮੇਸ਼ਨ ਦਿੰਦੇ ਰਹਾਂਗੇ ਵੈਕੈਂਸੀ ਦੀ ਜਿਹੜੀ ਅਪਡੇਟਡ ਹੈ ਅਪਡੇਸ਼ਨ ਜਿਹੜੀ ਹੋਈ ਹੈ 19 ਨਵੰਬਰ ਨੂੰ ਹੋਈ ਹੈ ਟੋਟਲ ਵੈਕੈਂਸੀਜ਼ 6,435 6,435 ਵੈਕੈਂਸੀਜ਼ ਨੇ ਲਾਸਟ ਡੇਟ ਆਫ ਐਪਲੀਕੇਸ਼ਨ ਵੀ ਦੇ ਰੱਖੀ ਹੈ 28 ਫਰਵਰੀ 2021 ਬੇਸਿਕ ਇਨਫੋਰਮੇਸ਼ਨ ਸਾਡੇ ਕੋਲ ਅਵੇਲੇਬਲ ਹੈ ਕੁਆਲੀ ਐਜੂਕੇਸ਼ਨਲ ਕੁਆਲੀਫਿਕੇਸ਼ਨ 12th ਪਾਸ ਹੈ ਅਤੇ ਤੁਸੀਂ ਆਨਲਾਈਨ ਅਪਲਾਈ ਕਰਨਾ ਇਸ ਤੋਂ ਬਾਅਦ ਸਾਡੇ ਕੋਲ ਕਾਂਸਟੇਬਲ ਜਿਹੜੇ ਨੇ ਇਹਨਾਂ ਦੀਆਂ 4,000 ਵੈਕੈਂਸੀਜ਼ ਨੇ ਅਤੇ 12th ਪਾਸ ਕੁਆਲੀਫਿਕੇਸ਼ਨ ਚਾਹੀਦੀ ਹੈ 18 ਤੋਂ 25 ਸਾਲ ਉਮਰ ਦੀ ਸੀਮਾ ਫੀਮੇਲ ਦੇ ਲਈ 2,000 12th ਪਾਸ ਕੁਆਲੀਫਿਕੇਸ਼ਨ 18 ਤੋਂ 25 ਉਮਰ ਦੀ ਸੀਮਾ ਸਬ ਇੰਸਪੈਕਟਰ 435 ਅਤੇ ਇਹਦੇ ਲਈ ਸਾਡੇ ਕੋਲ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੈ ਉਹ ਹੈਗੀ ਹੈ ਗ੍ਰੈਜੂਏਸ਼ਨ ਅਤੇ ਏਜ ਲਿਮਿਟ 18 ਤੋਂ 25 ਨੋਟ ਕਰੋ ਸਾਰਿਆਂ ਦੀ ਸਾਰੀ ਵੈਕੈਂਸੀਜ਼ ਦੇ ਲਈ 18 ਤੋਂ 25 ਜਿਹੜੀ ਹੈਗੀ ਹੈ ਉਹ ਏਜ ਲਿਮਿਟ ਹੈ 4,000 ਕਾਂਸਟੇਬਲਸ ਚਾਹੀਦੇ ਨੇ ਅਤੇ 2,000 ਫੀਮੇਲ ਕਾਂਸਟੇਬਲ 4,000 ਮੇਲ ਕਾਂਸਟੇਬਲ ਐਜੂਕੇਸ਼ਨਲ ਕੁਆਲੀਫਿਕੇਸ਼ਨ 12th ਪਾਸ ਤੋ ਇਹ ਸਾਡੇ ਕੋਲ ਬੇਸਿਕ ਇਨਫੋਰਮੇਸ਼ਨ ਸੀ